ਗਲੋਬਲ ਇੰਡੀਆ AI ਸ਼ਿਖਰ ਸੰਮੇਲਨ 2024 ਅੱਜ ਤੋਂ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਿਹਾ ਹੈ ਕੇਂਦਰੀ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਇਸ ਸੰਮੇਲਨ ਦਾ ਉਦਘਾਟਨ ਕਰਨਗੇ ਦੋ ਦਿਨਾਂ ਸੰਮੇਲਨ ਵਿੱਚ AI ਐਪਲੀਕੇਸ਼ਨਾਂ ਸ਼ਾਸਨ ਪ੍ਰਤੀਵਾਦੀ ਨਿਖਾਰ ਅਤੇ AI ਨਵਾਚਾਰ ਨੂੰ ਹੱਲਾਸ਼ੇਰੀ ਦੇਣ ਵਰਗੇ ਅਹਿਮ ਪਹਿਲੂਆਂ ਤੇ ਡੂੰਘਾਈ ਨਾਲ ਚਰਚਾ ਵੱਖ-ਵੱਖ ਸੈਸ਼ਨਾਂ ਦੌਰਾਨ ਕੀਤੀ ਜਾਵੇਗੀ ਭਾਰਤ ਨੇ ਨੈਤਿਕ ਮਾਪਦੰਡਾਂ ਅਤੇ ਸਮਾਵੇਸ਼ ਦੀ ਰਾਖੀ ਕਰਦੇ ਹੋਏ ਜ਼ਿੰਮੇਵਾਰ AI ਵਿਕਾਸ ਨੂੰ ਪਹਿਲ ਦੇ ਕੇ AI ਪਰਵਰਤਨਸ਼ੀਲ ਸਮਰਥਨ ਨੂੰ ਵਰਤਣ ਲਈ ਆਪਣੀ ਬਚਨ ਬਕਤਾ ਨੂੰ ਦੁਹਰਾਇਆ ਏ ਇਸ ਮਿਲਨ ਭਾਰਤ ਲਈ ਇੱਕ ਅਹਿਮ ਮੌਕਾ ਹੈ ਜਿਹੜਾ ਵਿਸ਼ਵ ਪੱਧਰ ਤੇ ਜਿੰਮੇਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਤਾ ਨੂੰ ਰੇਖਾਂਕਿਤ ਕਰਦਾ ਏ ਇਸ ਸੈਮੀਨਾਰ ਵਿਗਿਆਨ ਉਦਯੋਗ ਨਾਗਰਿਕ ਸਮਾਜ ਸਰਕਾਰਾਂ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਅਕਾਦਮਿਕ ਦੇ ਪ੍ਰਮੁੱਖ ਅੰਤਰਰਾਸ਼ਟਰੀ AI ਮਾਹਿਰਾਂ ਨੂੰ ਮੁੱਖ AI ਮੁੱਦਿਆਂ ਤੇ ਚੁਣੌਤੀਆਂ ਤੇ ਸੂਚ ਸਾਂਝੀ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ